ਪੀਜ਼ੇ ਐਂਡ ਬਰਗਰ ਵੀ ਕਾਫੀ ਸਾਰਾ ਲਗਾਉਂਦਾ ਕੰਪਲੀਟ ਆਰ ਚੀਜ਼ ਹੈ ਤੇ ਫਰੈਸ਼ ਹੈ ਔਰ ਵੀਡੀਓ ਦੇ ਐਂਡ ਬਰਗਰ ਕੀ ਲੋਕੇਸ਼ਨ ਹੀ ਬਾਸਾ ਮਿਠਾਈ ਆਨਲਾਈਨ ਲਾਗ ਇਨ ਕਰਾ ਮੈਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ ਮੈਂ ਤੁਹਾਨੂੰ ਮੇਜ਼ਬਾਨ ਰਿਜ਼ਵਾਨ ਮਾਲੀ ਬਾਟ ਸਤਿ ਗ੍ਰਹਿ ਬੋਤ ਸਨ ਆਪਣਾ ਯੂਟਿਊਬ ਚੈਨਲ ਡਡਿਆਲ ਕੀ ਆਵਾਜ਼ ਨਾਜ਼ਰੀਨ ਅੱਜ ਨਵੀਂ ਵੀਡੀਓ ਨਾਲ ਤੁਹਾਡੀ ਖੁੰਨੀ ਹਾਜ਼ਰ ਹਾਂ ਡਡਿਆਲ ਦਿਨ ਬ ਦਿਨ ਬਦਲਣਾ ਪਿਆ ਜੀ ਆਏ ਰੋਜ਼ ਬੜੀ ਤੋਂ ਬੜੀ ਦੁਕਾਨਾਂ ਪੈਣੀਆਂ ਪਈਆਂ ਮਾਰਟ ਪੈਣੇ ਪਏ ਜੁੱਤੀਆਂ ਟਾਪ ਕਲਾਸ ਨੇ ਡਡਿਆਲ ਲੱਭਣੀਆਂ ਕੱਪੜੇ ਟਾਪ ਕਲਾਸ ਨੇ ਲੱਭਣੇ ਔਰ ਅੱਜ ਇੱਕ ਹੋਰ ਮਾਰਟ ਡਡਿਆਲ ਵਿੱਚ ਓਪਨਿੰਗ ਹੋਈ ਹੈ ਉਸਨੀ ਅਲ ਅਕਸਾ ਮਾਰਟ ਸੋ ਅਸੀਂ ਦੱਸਣੇ ਅੱਜ ਉੱਥੇ ਜੁੜੀ ਗਿਆ ਓਪਨਿੰਗ ਸੈਰਮਨੀ ਹੈ ਅੱਜ ਤੁਸੀਂ ਦੱਸਣੇ ਆ ਕਿਆ ਕੋਈ ਵਰਾਇਟੀ ਹੈ ਔਰ ਕਿਆ ਕੁਝ ਡਿਸਕਾਊਂਟ ਬਣਾ ਦਿੱਤੇ ਆ ਵੈ ਬਾਜ਼ਾਰ ਜੁਲੀ ਕਿਆ ਤੁਸਾਂ ਕੀ ਅੱਜ ਉੱਥੇ ਨਾ ਵਿਜ਼ਿਟ ਕਰਾਉਣੇ ਆ ਅਛੋੜ ਜੁਲਨੇ ਆ ਉਸ ਸਾਈਡ ਜੋ ਇਹਦੇ ਬਾਅਦ ਇਸ ਤੂੰ ਆਪ ਹੀ ਕਰ ਨਾ ਦਿਨ ਦਵਾ ਹੋ ਗਈ ਹੈ ਉਹ ਕੇ ਕੱਟਣ ਲਗਾ ਇਹਦੇ ਕਸੋ ਚ ਕਰੇ ਜੀ ਨਾਜ਼ਰੀਨ ਦਵਾ ਹੋ ਗਈ ਹੈ ਕੇ ਕੱਟਣ ਗਿਆ ਵੈ ਰਿਫਰੈਸ਼ਮੈਂਟ ਨਾ ਤਮਾਮ ਕੀਤੇ ਆ ਨੇ ਉਹ ਉਸੇ ਦੱਸਣੇ ਆ ਹੁਣ ਚਾਹੀਂ ਦੱਸਿਆ ਜੀ ਰਿਫਰੈਸ਼ਮੈਂਟ ਵੀ ਉਹ ਚਾਹ ਪੁਆਇ ਜੀ ਠੀਕ ਹੋ ਜਨਾਬ ਮੈਂ ਠੀਕ ਹਾਂ ਅਲਹਮਦੁਲਿਲਾ ਦੁਆ ਤੋਂ ਬਾਅਦ ਰਿਫਰੈਸ਼ਮੈਂਟ ਸੀ ਇਹਨਾਂ ਦੱਸ ਰਿਹਾ ਸੋ ਕਿ ਅੰਦਰ ਮਾਰਟ ਜੀ ਕਿਹੜੀ ਕਿਹੜੀ ਵਰਾਇਟੀ ਆਈ ਹੈ ਫਿਰ ਕਿਹੜੀ ਚੀਜ਼ਾਂ ਨੇ ਖਾਇਆ ਕਿ ਤੁਹਾਡਾ ਵਿਜ਼ਿਟ ਕਰਾਉਣਾ ਇੱਥੇ
ਨਾਜ਼ਰੀਨ ਮਾਰਟ ਨੇ ਬਾਹਰ ਹੀ ਨਾ ਅਲੈਕਸਾ ਬਾਰਬੀਕਿਊ ਲਾਇਆ ਵਾ, ਸੈਟਅਪ ਸਾਰਾ ਇਹ ਬਾਹਰ ਲੱਗਿਆ ਵਾ। ਤੂੰ ਦੱਸ ਰਿਹਾ ਜੀ ਅੰਦਰ ਸਵਾਗੀ ਆ ਮਾਰਟ ਅੰਦਰ ਆਈ ਗਏ ਜੀ, ਦੱਸ ਰਿਹਾ ਸੀ ਕਿ ਗੁਹਾਟੀ ਬੇਕਰੀ ਨੂੰ ਕੇਕ ਐਸ ਪੀ ਓਪਨਿੰਗ ਹੋਈ ਗਈ ਅੱਜ ਬਾਹਰ ਅਕਸਾਬਾਦ ਨੇ, ਤੁਹਾਨੂੰ ਦੱਸਣੀ ਆ ਵਰਾਇਟੀ ਸਾਰੀ ਕੰਪਲੀਟ ਜਿਹੜੀ ਅੰਦਰ ਆਇਆ ਵਾ, ਸਾਰਾ ਬੇਕਰੀ ਦਾ ਸਮਾਨ ਪਿਆ ਵਾ, ਬ੍ਰੈਡ ਰਾਸਨ ਮਕਰਹਾਨੀਆਂ ਪੀਜ਼ੇ ਬਰਗਰ ਵੀ ਤਾਂ ਕੁਛ ਨਾ, ਕੰਪਲੀਟ ਹਰ ਚੀਜ਼ ਹੈ ਇੱਥੇ ਫਰੈਸ਼। ਹੋਰ ਵੀਡੀਓ ਦੇ ਐਂਡ ਬਰਫ ਕੀ ਲੋਕੇਸ਼ਨ ਹੀ ਬਸ ਆ ਮਿਠਾਈ ਦੱਸਣਾ ਤੁਸੀਂ ਕਾਸਮੈਟਿਕਸ ਵੀ ਕਾਸਮੈਟਿਕਸ ਵੀ ਤਮਾਮ ਵਰਾਇਟੀ ਦਾ ਬੁਲਾਇਆ, ਪਰਫਿਊਮ ਸ਼ੈਂਪੂ ਕਰੀਮ ਡਿਪੋਜ਼ਿਟ ਸਮਾਟਿਕ ਔਰ ਸਭ ਇੰਪੋਰਟੈਂਟ ਚੀਜ਼ਾਂ ਹਰ ਕੰਪਨੀ ਦੇ ਸਮਾਨ ਤੋਂ ਵਿੱਚ ਲਭ ਸਕੇ। ਡੈਕੋਰੇਸ਼ਨ ਪੀਸ ਸੰਨੀਆਂ ਹਰ ਚੀਜ਼ ਇਹਨਾਂ ਕੋਲ, ਬੇਬੀ ਟੋਇਜ਼ ਵੀ ਹਨ। ਦੱਸਣਾ ਤੁਸੀਂ ਕੇਕ ਵੀ ਠੀਕ ਹੈ ਨਾ, ਸਭ ਫਰੈਸ਼ ਕੇਕ ਨੇ, ਕੰਪਲੀਟ ਵਰਾਇਟੀ ਹੈ। ਬਾਇਆ ਨੇ ਕਲੈਕਸ਼ਨ ਦੱਸਣਾ ਸਵਾਗੀ ਗਾਰਮੈਂਟਸ ਵੀ ਤਮਾਮ ਵਰਾਇਟੀ ਨਾਲ ਬਣਾਇਆ ਗਿਆ।
ਟਰੈਵਲਿੰਗ ਬੈਗ ਨਹੀਂ ਉਹਨਾਂ ਕੋਲ। ਜੀ ਨਾਜ਼ਰੀਨ, ਮੇਰੇ ਨਾਲ ਦੋਸਤ ਨੇ, ਭਰਾ ਨੇ, ਅਸਾਂ ਨੇ, ਸਾਫੀ ਬਰਾਦਰੀ ਨੇ, ਜਨਾਬ ਚਸ਼ਮੇ ਚਿਰਾਗ ਨੇ, ਜਨਾਬ ਦਾਸ ਸਾਹਿਬ। ਦਾਸ ਸਾਹਿਬ ਸੁਣਾਓ ਜਨਾਬ, ਵਿਜ਼ਿਟ ਕੀਤਾ ਨੇ? ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਡਾ ਕੀ ਟਾਈਮ ਦਿੱਤੇ ਹੋਏ ਤੇ ਔਰ ਖੁਸੂਸੀ ਮਾੜੀ ਗਿਆ ਹੈ ਤਾਂ ਤੁਸੀਂ ਇੱਥੇ ਆਏ ਹੋ। ਸਾਡੇ ਦੋਸਤ ਨੇ ਨਾ ਅੱਜ ਇਸ ਮਾਟ ਦਾ ਇਫਤਤਾਹ ਕੀਤਾ ਔਰ ਜਿਸ ਤਰ੍ਹਾਂ ਤੁਸੀਂ ਕਿ ਵੀਡੀਓ ਵਿੱਚ ਬਟ ਸਾਹਿਬ ਔਰ ਪੂਰੀ ਡਿਟੇਲ ਦੱਸੀ ਹੈ ਯਾਨੀ ਪਿਤਾ ਕਰਨੇ ਤੋਂ ਕਿੰਨੀ ਤਾਂ ਅੰਦਰ ਸਮਾਟ ਤੱਕ ਔਰ ਬਾਅਦ ਵਿੱਚ ਉਹਨਾਂ ਇਹ ਵੀ ਆਇਆ ਕਿ ਜਿਹੜੇ ਓਨਰ ਸਨ ਉਹਨਾਂ ਆਇਆ ਕਿ ਅਸਾਂ ਕੋਸ਼ਿਸ਼ ਕਰ ਸਾਂ ਡਡਿਆਲ ਨੇ ਆਵਾਮ ਕੀ 10% ਖਸੂਸੀ ਡਿਸਕਾਊਂਟ ਦਿਆਂ ਹਰ ਚੀਜ਼ ਵਿੱਚ ਤਾਂ ਕਿ ਸਾਡੇ ਕਸਟਮਰ ਜਿਹੜੇ ਨਾ ਇਹ ਤਾਂ ਬਣਨ ਔਰ ਇਸ ਤੋਂ ਇਲਾਵਾ ਉਹਨਾਂ ਇਹ ਆਇਆ ਕਿ ਅਸਾਂ ਨੇ ਕੋਸ਼ਿਸ਼ ਹੋ ਸੀ ਕਿ ਮਾਇਆਰੀ ਵਰਾਇਟੀ ਦਿਆਂ ਸਾਂ ਯਾਨੀ ਡਿਫਰੈਂਟ ਤੁਸੀਂ ਕਿ ਕੇਕ ਖਾਸ ਕਰ ਆਣੇ ਡਡਿਆਲ ਵਿੱਚ ਕੇਕ ਦੀ ਵਰਾਇਟੀ ਬਹੁਤ ਘੱਟ ਹੈ ਮਾਟਾਂ ਵਿੱਚ ਅਸਾਂ ਇੱਕ ਮੁਖਤਲਿਫ ਕਿਸਮ ਦੇ ਕੇਕ ਯਾਨੀ ਜਿਹੜੀ ਹਰ ਕਿਸਮ ਦੀ ਏ ਟੂ ਜ਼ੈਡ ਸਾਰੀ ਵਰਾਇਟੀ ਹੋ ਸੀ ਔਰ ਆਰਡਰ ਉੱਪਰ ਵੀ ਔਰ ਉਸ ਤੋਂ ਇਲਾਵਾ ਵੈਸੇ ਵੀ ਜਿਹੜਾ ਨਾ ਤੁਸੀਂ ਜ਼ਾਹਿਰ ਉਹ ਵੀਡੀਓ ਵੀ ਬਣਾਈ ਉਸੇ ਦਾ ਜੀ 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 ਤੇ ਅਸਾਂ ਜਨਾਬ ਦਵਾ ਕੋ ਸੁਣੇ ਦੋਸਤ ਨੇ ਪਾਈ ਹਨ, ਅੱਲਾ ਪਾਕ ਨੇ ਕਮਯਾਬ ਕਰਨ ਜੀ, ਤੇ ਅਗਰ ਮਿਆਰ ਇਥੇ ਅੱਛਾ ਹੋਸੀ ਤੇ ਇਨਸ਼ਾਅੱਲਾ ਕੰਮ ਜੀ ਬਿਲਕੁਲ ਡਿਟੇਲ ਵਿੱਚ ਯਾਦ ਰੱਖੋ ਕਿ ਅਗਰ ਮਿਆਰੀ ਚੀਜ਼ ਲੋਕਾਂ ਕੀ ਪ੍ਰੋਵਾਈਡ ਕਰਸੋ ਤਾਂ ਇਥੇ ਬਿਜ਼ਨਸ ਕਾਮਯਾਬ ਹੀ ਹੋਸੀ ਨਾ ਕੰਮ ਨਹੀਂ ਹੋਣਾ ਤਾਂ ਉਮੀਦ ਹੈ ਕਿ ਭਾਈਓ ਜਿਹੜੇ ਨਾ ਅੱਛਾ ਮਿਆਰ ਦੇਸਨ ਔਰ ਡਡਿਆਲੀ ਆਵਾਮ ਕੀ ਜਿਹੜਾ ਨਾ ਇੱਕ ਨਈ ਵਰਾਇਟੀਆਂ ਦੇਸਨ ਨਾਜ਼ਰੀਨ ਅੱਛੋ ਇੱਥੇ ਵਿਜ਼ਿਟ ਕਰੋ, ਸ਼ਾਪਿੰਗ ਕਰੋ ਔਰ ਫੀਡਬੈਕ ਦੇਣਾ ਤੁਸੀਂ ਵੀਡੀਓ ਤੱਕ, ਕੀ ਫੀਡਬੈਕ ਵੀ ਦੇਣਾ ਵਾ ਕਿ ਤੁਸੀਂ ਪਸੰਦ ਕੈਸੀ ਆਈ ਵੀਡੀਓ ਔਰ ਜਿਹੜੀ ਇੱਥੇ ਦੀ ਵਰਾਇਟੀ ਸੀ, ਗਾਰਮੈਂਟਸ ਹੋ ਗਿਆ, ਬੇਕਿੰਗ ਦਾ ਸਮਾਨ ਗਿਆ, ਹੋਰ ਜਿਹੜੀਆਂ ਚੀਜ਼ਾਂ ਇੱਥੇ ਤੱਕੀਆਂ ਤੁਸੀਂ ਵੀਡੀਓ ਤੱਕ ਸੋ, ਲਾਜ਼ਮੀ ਫੀਡਬੈਕ ਦੱਸੋ ਔਰ ਸ਼ਾਪਿੰਗ ਕਰਨ ਤੋਂ ਬਾਅਦ ਹੀ ਦੱਸੋ ਕਿ ਡਿਸਕਾਊਂਟ ਕਿਤਨਾ ਕਿ ਤੁਸੀਂ ਦਿੱਤਾ ਨੇ। ਨਾਜ਼ਰੀਨ ਅਲਕਸਾ ਪਾਰਟ ਨੇ ਲੋਕੇਸ਼ਨ ਵੀ ਦੱਸਣੇ ਆ, ਚੈਰੀ ਰੋਡ ਉੱਪਰ ਜਿਹੜਾ ਮੋੜ ਹੈ ਪਹਿਲਾਂ ਉਹ ਦੁਬਾਂ ਚੌਕ ਵਾਲੀ ਸਾਈਡ ਛੋ ਤੇ ਬੁੱਕ ਬੈਂਕ ਹੈ, ਨੈਸ਼ਨਲ ਬੈਂਕ ਹੈ, ਉਸਨੇ ਨਾਂ ਹੀ ਲਿਖਿਆ ਹੋਇਆ ਅਲਕਸਾ ਪਾਰਟ ਤੇ ਤੁਸੀਂ ਡਿਸਕਾਊਂਟ ਇਹਨਾਂ ਦਿੱਤੇ ਹੈ ਔਰ ਹਰ ਚੀਜ਼ ਬੜੀ ਅੱਛੀ ਹੈ ਇਹਨਾਂ ਕੋਲ ਕੰਪਨੀ ਨਹੀਂ ਹੈ, ਹਰ ਕੰਪਨੀ ਅੱਛੀ ਕੰਪਨੀ ਜਿਹੜੀ ਹੈ ਉਸ ਦਾ ਸਮਾਨ ਤੁਸੀਂ ਲੱਗਸੀ ਅੱਛੋ ਵਿਜ਼ਿਟ ਕਰੋ, ਖਰੀਦਦਾਰੀ ਕਰੋ। ਜੀ ਨਾਜ਼ਰੀਨ, ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਸੀ, ਕਾਇੰਡਲੀ ਸਾਡਾ YouTube ਚੈਨਲ ਡੜਿਆਲ ਕੀ ਆਵਾਜ਼ ਉਸਕੀ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਅਗਲੀ ਵੀਡੀਓ ਤੱਕ ਦਿਓ ਜਾਦਵਾ ਸਟਾਪ, ਥੈਂਕ ਯੂ।